ਆਪ ਜੀ ਨੂੰ ਪਤਾ ਹੋਣਾ ਕਿ 3 ਅਕਤੂਬਰ 2021 ਨੂੰ ਅੱਜ ਹੀ ਦੇ ਦਿਨ ਅਸੀਂ ਸਾਰੇ ਇਕੱਠੇ ਹੋਏ ਸੀਗੇ ਤਿਕੋਣੀਆ ਲਖੀਮਪੁਰ ਖੀਰੀ ਦੇ ਵਿੱਚ, ਜਿਹੜੇ ਉਹ ਪੁਰਾਣੀ ਸਰਕਾਰ ਦੇ ਵਿੱਚ ਭਾਰਤ ਦੇ ਗ੍ਰਹਿ ਰਾਜ ਮੰਤਰੀ ਸੀ। ਉਹਨਾਂ ਨੇ 24 ਤਰੀਕ ਨੂੰ ਜਦੋਂ ਸਾਡੀ ਜਥੇਬੰਦੀ ਨੇ ਅਤੇ ਟਕੈਦੀ ਜਥੇਬੰਦੀ ਨੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਅਤੇ ਉਹਨਾਂ ਨੇ ਸਾਨੂੰ ਸਟੇਜ ਤੋਂ ਹੀ 10 ਦਿਨਾਂ ਦੇ ਵਿੱਚ ਖਤਮ ਕਰਨ ਦੀ ਧਮਕੀ ਦਿੱਤੀ ਸੀ। ਔਰ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉੱਥੇ ਅੱਜ ਦੇ ਦਿਨ ਅਸੀਂ ਉੱਥੇ ਪ੍ਰੋਟੈਸਟ ਕੀਤਾ ਸੀ। ਅਤੇ ਜਦੋਂ ਉਹਨਾਂ ਦੇ ਉੱਥੇ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਯੂਪੀ ਦੇ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਸੀਗੇ, ਲੇਕਿਨ ਜਦੋਂ ਮੁੱਖ ਮੰਤਰੀ ਨੂੰ ਗਰਾਊਂਡ ਤੋਂ ਪਤਾ ਲੱਗਿਆ ਵੀ ਇੰਨੇ 15-16 ਹਜ਼ਾਰ ਕਿਸਾਨ ਇਕੱਠੇ ਹੋਏ ਫਿਰਦੇ ਆ, ਉਹਨਾਂ ਨੇ ਉੱਥੇ ਆਉਣ ਤੋਂ ਮਨਾ ਕਰਤਾ। ਉਹ ਹਰ ਸਾਲ ਆਪਣੇ ਪਿੰਡ ਦੰਗਲ ਕਬੱਡੀ ਕੁਸ਼ਤੀ ਦਾ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਅਜੇ ਮਿਸ਼ਰ ਦੇ, ਅਤੇ ਉਸ ਤੋਂ ਬਖਲਾ ਕੇ ਉਹਨਾਂ ਦੇ ਬੇਟੇ ਨੇ ਤੈਸ਼ ਵਿੱਚ ਆ ਕੇ ਜਦੋਂ ਅਸੀਂ ਸ਼ਾਂਤੀਮਈ ਤਰੀਕੇ ਨਾਲ ਆਪਣਾ ਕਾਰਜਕ੍ਰਮ ਸਮਾਪਤ ਕਰਕੇ ਜਾ ਰਹੇ ਸੀ, ਉਹਨੇ ਲਿਆ ਕੇ ਸਾਡੇ ਉੱਤੇ ਗੱਡੀਆਂ ਚੜਾਈਆਂ ਅਤੇ ਜਿਸ ਦੇ ਵਿੱਚ ਸਾਡੇ 12-13 ਜਿਹੜੇ ਕਿਸਾਨ ਸੀ ਉਹ ਬਹੁਤ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ 5 ਕਿਸਾਨ ਸਾਡੇ ਮੌਕੇ 'ਤੇ ਸ਼ਹੀਦ ਹੋਏ। ਅਤੇ ਉਸੇ ਚੀਜ਼ ਨੂੰ ਲੈ ਕੇ ਉਦੋਂ ਤੋਂ ਅਸੀਂ ਸੰਘਰਸ਼ ਲੜ ਰਹੇ ਹਾਂ। ਆਪ ਜੀ ਨੇ ਦੇਖਿਆ ਹੋਣਾ ਕਿਵੇਂ ਹਾਈਕੋਰਟ ਜਿਹੜਾ ਇਲਾਹਾਬਾਦ ਹਾਈਕੋਰਟ ਹੈ ਉਸਦੇ ਮੁੰਡੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬੇਲ ਵੀ ਦੇ ਦਿੰਦਾ, ਜੋ ਬਾਅਦ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੈਂਸਲ ਕਰਾਈ। ਸੋ ਬੇਸਿਕਲੀ 3 ਸਾਲ ਹੋ ਗਏ ਆ, ਜਿਹੜੇ ਵਿਟਨੈਸ ਨੇ ਗਵਾਹ ਨੇ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਫੋਰ ਇਗਜ਼ਾਮਪਲ ਹਰਦੀਪ ਸਿੰਘ ਹੈ ਇੱਕ ਬਿਲਾਸਪੁਰ ਦਾ, ਉਹਦੇ 'ਤੇ ਹਮਲਾ ਹੋਇਆ, ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ, ਮੇਰੇ ਫਾਦਰ ਦੇ ਉੱਤੇ 2-3 ਰੈਵਨਿਊ ਦੇ ਫਰਜ਼ੀ ਮੁਕੱਦਮੇ ਕਰਤੇ, 20 ਲੱਖ ਦੀ ਪੈਨਲਟੀ ਪਾਤੀ। ਸੋ ਇੱਕ ਲੜਕਾ ਹੈ ਉਹਨੂੰ ਇੰਨਾ ਕੁ ਪਰੇਸ਼ਾਨ ਕਰਤਾ ਗਿਆ ਵੀ ਉਹਨੇ ਸੁਸਾਈਡ ਕਰਨ ਤੱਕ ਦੀ ਕੋਸ਼ਿਸ਼ ਕਰ ਲਈ। ਸੋ ਜਦ ਤੱਕ ਇਹ ਪਿਓ ਪੁੱਤ ਬਾਹਰ ਰਹਿ ਰਹੇ ਆ ਅਤੇ ਇਸ ਦੇ ਵਿੱਚ ਇਨਸਾਫ ਨਹੀਂ ਮਿਲਣਾ। ਸੋ ਉਸੇ ਚੀਜ਼ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਅੱਜ 2 ਘੰਟਿਆਂ ਦਾ ਰੇਲ ਰੋਕੋ ਪ੍ਰੋਗਰਾਮ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ, ਅਤੇ ਇਸੇ ਉਦੇਸ਼ ਨਾਲ ਹੀ ਅੱਜ ਦਾ ਪ੍ਰੋਗਰਾਮ ਦੇਖਿਆ। ਪੰਜਾਬ ਭਰ ਦੇ ਵਿੱਚ ਕਿੰਨੀ ਜਗ੍ਹਾ 'ਤੇ? ਪੰਜਾਬ ਦੇ ਵਿੱਚ ਅੱਜ 35 ਥਾਵਾਂ 'ਤੇ ਹੈ ਜੀ, ਇਸ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਕਿਤੇ 4 ਥਾਵਾਂ 'ਤੇ, ਕਿਤੇ 2 ਥਾਵਾਂ 'ਤੇ। ਮੰਗਣ ਜੀ ਕਿਵੇਂ ਦੇਖਦੇ ਹੋ, ਲਗਾਤਾਰ ਇੰਨਾ ਟਾਈਮ ਹੋ ਗਿਆ ਸੰਘਰਸ਼ ਚੱਲ ਰਿਹਾ ਸ਼ੰਭੂ ਬਾਰਡਰ 'ਤੇ ਵੀ, ਪਰ ਜਿਹੜੀ ਇਹ ਸਰਕਾਰ ਹੈ ਉਹਨਾਂ ਦੇ ਕੰਮ ਤੱਕ ਜੂ ਨਹੀਂ ਸਿੱਖਦੀ, ਕੀ ਅੰਦੋਲਨ ਆਉਣ ਵਾਲੇ ਸਮੇਂ 'ਚ ਤੇਜ਼ ਹੋਏਗਾ, ਕਿਵੇਂ ਹੋਏਗਾ? ਦੇਖੋ ਜੂ ਤੇ ਹੁਣ ਅਸਲ 'ਚ ਕੀ ਹੈ ਵੀ ਜੂ ਤੇ ਸਿਰਕ ਗਈ ਨਾ, ਅਬ ਕੀ ਵਾਰ 400 ਪਾਰ ਦਾ ਨਾਰਾ ਲਾਉਂਦੇ ਹੁੰਦੇ ਸੀਗੇ ਅਤੇ ਕਿੱਥੇ ਆ ਕੇ ਡਿੱਗੇ, ਆਪਦੀ ਕਲੀਅਰ ਮੈਜੋਰਟੀ ਵੀ ਨਹੀਂ ਆਈ। ਔਰ ਰਹਿੰਦੀ ਖੁੰਹਦੀ ਕਸਰ ਹਰਿਆਣੇ ਦੇ ਵਿੱਚ ਨਿਕਲ ਜਾਏਗੀ, ਛੱਤੀਸਗੜ੍ਹ ਦੇ ਵਿੱਚ ਨਿਕਲ ਜਾਏਗੀ, ਔਰ ਇਤਿਹਾਸ ਗਵਾਹ ਆ, ਕੋਈ ਗੱਲ ਨਹੀਂ। ਜਿਹੜੇ ਤਸੀਹੇ ਦਿੰਦੇ ਹੁੰਦੇ ਆ ਉਹਨਾਂ ਦਾ ਦੌਰ ਥੋੜ੍ਹਾ ਲੰਬਾ ਹੀ ਚੱਲਦਾ ਹੁੰਦਾ, ਪਰ ਜਦੋਂ ਉਹ ਅੱਤ ਚੱਕ ਦਿੰਦੇ ਆ ਅਤੇ ਫਿਰ ਹੀ ਉਹਨਾਂ ਦਾ ਤਖਤਾ ਪਲਟ ਹੁੰਦਾ, ਅਤੇ ਇਹ ਸੰਘਰਸ਼ ਬਿਲਕੁਲ ਸਹੀ ਦਿਸ਼ਾ 'ਚ ਜਾ ਰਿਹਾ, ਅੱਗੇ ਅੱਗੇ ਸੰਘਰਸ਼ ਤੇਜ਼ ਹੋਏਗਾ। ਤੁਸੀਂ ਇਹ ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਇਹ ਸਰਕਾਰ, ਪਹਿਲਾਂ ਕਹਿੰਦੇ ਸੀਗੇ ਜੀ ਮੋਦੀ ਦਾ ਕੋਈ ਅਗੇਂਸਟ ਬੋਲ ਨਹੀਂ ਸਕਦਾ, ਅੱਜ ਤੁਸੀਂ ਵੇਖੋ ਲੱਦਾਖ ਦੇ ਲੋਕ ਅੱਡ ਤੁਰ ਕੇ ਆ ਰਹੇ ਆ, ਠੀਕ ਹੈ, ਔਰ ਸਰਕਾਰ ਇੰਨੀ ਡਰੀ ਹੋਈ ਹੈ ਵੀ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਇੱਕ ਸਮੇਂ 'ਚ ਸੋਨਮ ਵਾਂਗ ਸੁਖੋ, ਉਹਨਾਂ ਨੂੰ ਵੀ ਦਿੱਲੀ ਵੜਨ ਤੋਂ ਡਰ ਲੱਗ ਰਿਹਾ ਹੈ। ਤੋ ਇਸ ਕਰਕੇ ਇਹ ਜਿਹੜੀ ਮੋਦੀ ਸਰਕਾਰ ਆ ਇਹਨਾਂ ਦਾ ਸਮੇਂ ਥੋੜ੍ਹਾ ਆ,
ਔਰ ਮੈਂ ਤਾਂ ਇਹੀ ਉਮੀਦ ਕਰਦਾ ਹਾਂ ਵੀ ਇਹ ਜਲਦ ਤੋਂ ਜਲਦ ਸਮਝਣ ਕਿ ਇਹਨਾਂ ਨੇ ਸੰਵਿਧਾਨ ਦੀ ਸਹੁੰ ਖਾਧੀ ਹੈ ਅਤੇ ਦੇਸ਼ ਨੂੰ ਸੰਵਿਧਾਨ ਦੇ ਹਿਸਾਬ ਨਾਲ ਹੀ ਚੱਲਣ ਦੇ।